वाहिगुरु जी का खालसा, वाहिगुरु जी की फतेह जी। वाहिगुरु जी का खालसा, वाहिगुरु जी की फतेह। आजो सिंघो, आपां गल करनी है जल्लूपुर खेड़े तो अरदास लई परिवारां ने जिहड़ा एक होका दिता सी, जिहड़ा संगत नूं अपील कीती सीगी कि बंदी सिंघां दी रिहाई लई पंजां तख्तां दे उत्ते अखंड पाठ साहिब करा के अरदास कीती जाऊगी ते परिवारां वल्लों उत्थे जाया जाऊगा। वेखो गल इह आ वी साडे किसे नाल हजारां मतभेद होण, पर जिहड़े सूरमे जेलां दे विच बंद ने साडे भरा ने, इस संघर्ष दे हामी ने, पंधी ने। साडा इक्को स्कूल आ, इक्को रस्ता आ, इक्को साडा पिंड आ, इक्को साडा मां प्यो आ। धार्मिक तौर ते असी कलगीधर पातशाह साहिब श्री गुरु गोबिंद सिंह महाराज जी दे बच्चे आ सारे, ते साडा इह फर्ज बनदा है जिथे भी कोई बेनियमी हुंदी आ उत्थे डट के पहरा देना। सो कल नूं आनंदपुर साहिब दी पवित्र धरती दे उत्तों तख्त साहिब तों इक होर मैं ऐलान वी जिहड़ा उह करूंगा अपने साथियों समेत। ਇਹ ਗੱਲ ਨਹੀਂ ਹੋਣੀ ਕਿ ਅਸੀਂ ਆਪਣੇ ਸਿੰਘਾਂ ਦੀ ਪੈਰਵਾਈ ਨਾ ਕਰ ਸਕੀਏ, ਅਸੀਂ ਉਹਨਾਂ ਦੀ ਅਰਦਾਸ ਨਾ ਕਰ ਸਕੀਏ, ਅਸੀਂ ਉਹਨਾਂ ਨੂੰ ਛਡਾਉਣ ਲਈ ਚਾਰਾਜੋਈ ਨਾ ਕਰ ਸਕੀਏ। ਇਹ ਬਹੁਤ ਹੀ ਘਟੀਆ ਕਾਰਵਾਈ ਆ ਸਰਕਾਰ ਦੀ। ਸਰਕਾਰ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਕਿਉਂਕਿ ਜੇ ਆਪਾਂ ਇਹ ਸੋਚੀਏ ਵੀ ਪੰਜਾਬ ਪੁਲਿਸ ਜਿਹੜੀ ਆ ਉਹ ਬਹੁਤ ਮਾੜੀ ਆ, ਉਹ ਸਾਨੂੰ ਜਾਣ ਨਹੀਂ ਦਿੰਦੀ, ਇੱਥੇ ਆਪਾਂ ਰਹੂੰਗਾ ਕਿਉਂਕਿ ਇਹ ਜਿਹੜੀ ਸਟੇਟ ਦੀ ਪੁਲਿਸ ਹੁੰਦੀ ਆ ਉਹ ਮੁੱਖ ਮੰਤਰੀ ਦੇ ਗ੍ਰਹਿ ਵਿਭਾਗ ਦੇ ਥੱਲੇ ਹੁੰਦੀ ਆ, ਉਹਨਾਂ ਦੀ ਆਵਾਜ਼ ਤੋਂ ਬਿਨਾਂ ਪੱਤਾ ਨਹੀਂ ਹਿਲਦਾ। ਜੇ ਉਹ ਕਹਿਣ ਗੱਡੀ 'ਚ ਬਿਠਾ ਕੇ ਲੈ ਆਓ, ਜੇ ਉਹ ਕਹਿਣ ਧੂ ਕੇ ਲੈ ਆਓ, ਜੇ ਉਹ ਕਹਿਣ ਬੇਇੱਜ਼ਤੀ ਕਰ ਦਿਓ, ਮਤਲਬ ਇਹ ਸਾਰੀਆਂ ਗੱਲਾਂ ਸਟੇਟ ਹੀ ਕਰਦੀ ਹੁੰਦੀ ਆ। ਅਤੇ ਭਗਵੰਤ ਮਾਨ ਸਾਹਿਬ ਜਿਹੜੇ ਨੇ ਉਹਨਾਂ ਨੂੰ ਅਪੀਲ ਹੈ ਆਪਣੀ ਕਿ ਭਾਈ ਇਹ ਗੱਲਾਂ ਜਿਹੜੀਆਂ ਨੇ ਤੁਹਾਡੇ ਲਈ ਬਹੁਤ ਘਾਤਕ ਹੋਣ ਵਾਲੀਆਂ ਨੇ। ਇਸੇ ਤਰ੍ਹਾਂ ਤੁਸੀਂ ਜੇ ਸਿੰਘਾਂ ਦੀ ਅਸੀਂ ਪੈਰਵਾਈ ਨਹੀਂ ਕਰ ਸਕਦੇ, ਸਾਡਾ ਮੋਰਚਾ ਲੱਗਾ ਜਿਹੜਾ ਮੋਹਾਲੀ ਦੇ ਵਿੱਚ, ਉਹ ਉਸ ਮੋਰਚੇ ਦੇ ਉੱਤੇ ਵੀ ਤੁਸੀਂ ਹਮਲਾ ਕੀਤਾ, ਉਹਨਾਂ ਦੇ ਨਾਲ ਧੱਕਾ ਮੁੱਕੀ ਕੀਤੀ, ਕਿੰਨੇ ਲੋਕਾਂ ਨੂੰ ਤੁਸੀਂ ਹਿਰਾਸਤ 'ਚ ਲਿਆ, ਕਿੰਨੇ ਲੋਕਾਂ ਨੂੰ ਤੁਸੀਂ ਜੇਲ੍ਹ ਨਹੀਂ ਸੁੱਟਿਆ। ਪਰ ਮੈਂ ਇਹ ਗੱਲ ਕਹਿੰਦਾ ਕਿ ਬਹੁਤ ਹੀ ਘਾਤਕ ਗੱਲ ਹੈ ਇਹ ਕਿ ਜੱਲੂਪੁਰ ਖੇੜਾ ਜਿਹੜਾ ਆ ਉੱਥੋਂ ਸੰਗਤ ਜਿਹੜੀ ਆ ਉਹਨੂੰ ਜਾਣ ਨਹੀਂ ਦਿੱਤਾ। ਜਿਹੜਾ ਜੱਲੂਪੁਰ ਖੇੜਾ ਨੂੰ ਰੋਡ ਮੁੜਦਾ ਉਹਦੇ ਉੱਤੇ ਨਾਕਾ ਲੱਗਾ ਆ। ਜੱਲੂਪੁਰ ਖੇੜੇ ਦੇ ਪਿੰਡ ਦੇ ਵਿੱਚ ਜਿਹੜਾ ਸੰਧੂ ਦਾ ਜਿਹੜਾ ਬਾਬਾ ਜੀ ਸੀਗੇ ਕਾਲਾ ਮਹਿਰ, ਉਹਨਾਂ ਦੇ ਗੁਰਦੁਆਰਾ ਸਾਹਿਬ ਸੰਗਤ ਇਕੱਠੀ, ਉਹਦੇ ਅੱਗੇ ਬੱਸ ਲਾ ਕੇ ਗੱਡੀਆਂ ਖਿਲਾਰੀਆਂ ਨੇ, ਕਿੰਨੀ ਘਾਤਕ ਗੱਲ ਆ ਇਹ। ਤੇ ਸਟੇਟ ਜਿਹੜੀ ਆ, ਪੰਜਾਬ ਦੀ ਜਿਹੜੀ ਆਪ ਸਰਕਾਰ ਆ, ਉਹ ਸਿੱਖਾਂ ਨਾਲ ਏਡਾ ਧੱਕਾ ਕਰ ਰਹੀ ਆ ਕਿ ਅਸੀਂ ਆਪਣੇ ਯੋਧਿਆਂ ਲਈ ਤਖ਼ਤ ਸਾਹਿਬ ਤੇ ਅਰਦਾਸ ਵੀ ਨਹੀਂ ਕਰ ਸਕਦੇ। ਇਦੋਂ ਘਟੀਆ ਗੱਲ ਕੀ ਹੋ ਸਕਦੀ ਹੈ? ਕੀ ਇਹਦੇ ਵਿੱਚ ਤੁਸੀਂ ਹੁਣ ਜਿਹੜੇ ਪੰਜਾਬ ਦੇ ਬੁੱਧੀਜੀਵੀ ਨੇ, ਜਿਹੜੇ ਪੰਜਾਬ ਦੇ ਪੱਤਰਕਾਰ ਨੇ, ਜਿਹੜੇ ਇੰਨਾ ਸੰਗ ਪਾੜ ਪਾੜ ਕੇ ਗੱਲਾਂ ਕਰਦੇ ਨੇ, ਹੁਣ ਉਹ ਕਿੱਥੇ ਗਏ ਨੇ? ਕੀ ਉਹਨਾਂ ਨੂੰ ਨਹੀਂ ਦਿਸਦਾ? ਮੈਂ ਇਹ ਕਹਿੰਦਾ ਵੀ ਜਦੋਂ ਸਿਖਰਾਂ ਤੇ ਸੀਗੀ ਖਾੜਕੂ ਮੂਵਮੈਂਟ, ਉਦੋਂ ਵੀ ਬੁੱਧੀਜੀਵੀਆਂ ਨੇ ਆਪਣਾ ਰੋਲ ਜਿਹੜਾ ਉਹ ਨਹੀਂ ਨਿਭਾਇਆ, ਉਦੋਂ ਵੀ ਉਹਨਾਂ ਨੇ ਸਾਨੂੰ ਹੀ ਦੋਸ਼ੀ ਮੰਨਿਆ। ਜਿਹੜੇ ਅਸੀਂ ਸਰਕਾਰ ਤੋਂ, ਇਸ ਸਿਸਟਮ ਤੋਂ ਪੀੜਿਤ ਹਾਂ, ਸਾਨੂੰ ਹੀ ਸਾਡੇ ਵਾਲੀ ਉਂਗਲ ਕੀਤੀ ਜਾਂਦੀ ਹੈ, ਚਾਹੇ ਉਹ ਕੋਈ ਕਾਮਰੇਡ ਨੇ, ਚਾਹੇ ਉਹ ਕੋਈ ਦੂਜੇ ਬੁੱਧੀਜੀਵੀ ਨੇ। ਸੋ ਉਹਨਾਂ ਈਵਨ ਸਗੋਂ ਜਿਹੜੇ ਕਾਮਰੇਡ ਨੇ ਉਹਨਾਂ ਤੇ ਨਕਸਲੈਂਡ ਮੂਵਮੈਂਟ ਹੰਢਾਈ ਆ, ਉਹਨਾਂ ਨੂੰ ਪਤਾ ਹੈ ਵੀ ਇਹ ਯੁੱਧ ਕਿਵੇਂ ਲੜੇ ਜਾਂਦੇ ਨੇ, ਪਰ ਉਹ ਮਤਲਬ ਅੱਜ ਦੀ ਜਿਹੜੀ ਪੰਜਾਬ ਦੀ ਜਿਹੜੀ ਕਾਮਰੇਡ ਸੋਚ ਆ ਉਹ ਸੈਂਟਰ ਨਾਲ ਜਾ ਮਿਲੀ ਆ। ਉਹ ਸਾਨੂੰ ਸਾਰਿਆਂ ਨੂੰ ਅੱਤਵਾਦੀ, ਵੱਖਵਾਦੀ, ਇਹ ਖਾਲਿਸਤਾਨ ਲੈਣਗੇ, ਇਹ ਐਂ ਕਰਨਗੇ। ਉਹ ਭਾਈ ਤੁਸੀਂ ਕਿਸੇ ਵੀ ਗੱਲ ਦੇ ਵਿੱਚ ਸਾਡਾ ਸਾਥ ਨਾ ਦਿਓ, ਸਾਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈਗੀ, ਪਰ ਘੱਟੋ ਘੱਟ ਤੁਸੀਂ ਚੁੱਪ ਤਾਂ ਰਹਿ ਹੀ ਸਕਦੇ ਹੋ। ਤੁਸੀਂ ਕਿਉਂ ਸਾਡੇ ਬੰਦਿਆਂ ਦੇ ਖਿਲਾਫ ਸਟੇਟਮੈਂਟਾਂ ਦਿੰਦੇ ਹੋ? ਠੀਕ ਆ, ਕਿਸੇ ਇੱਕ ਗੱਲ ਦੇ ਖਿਲਾਫ ਗੱਲ ਕੀਤੀ ਜਾ ਸਕਦੀ ਵੀ ਆਹ ਗੱਲ ਗਲਤ ਹੈ, ਪਰ ਤੁਸੀਂ ਇਹ ਗੱਲ ਨਹੀਂ ਕਹਿ ਸਕਦੇ ਵੀ ਪੂਰਾ ਅੰਦੋਲਨ, ਪੂਰਾ ਯੁੱਧ, ਪੂਰੀ ਗੱਲਬਾਤ ਹੀ ਜਿਹੜੀ ਆ ਉਹ ਗਲਤ ਆ, ਉਹ ਰੋਂਗ ਆ। ਇਹ ਗੱਲਾਂ ਬਿਲਕੁਲ ਹੀ ਜਿਹੜੀਆਂ ਗਲਤ ਨੇ। ਭਾਈ ਅੰਮ੍ਰਿਤਪਾਲ ਸਿੰਘ ਅਤੇ ਸਮੂਹ ਜਿਹੜੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਿਹੜੇ ਸਿੰਘ ਬੰਦ ਨੇ, ਉਹ ਜਿੰਨੇ ਵੀ ਸਾਡੇ ਭਾਈ ਜਗਤਾਰ ਸਿੰਘ ਹਵਾਰਾ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਭਾਈ ਜਿਹੜੇ ਨੇ ਭਿਓਰਾ ਸਾਹਿਬ, ਭਾਈ ਤਾਰਾ ਸਾਹਿਬ, ਜਿੰਨੇ ਵੀ ਸਾਡੇ ਯੋਧੇ ਜਿਹੜੇ ਜੇਲ੍ਹਾਂ 'ਚ ਬੰਦ ਨੇ, ਉਹਨਾਂ ਲਈ ਜਿਹੜੀ ਆ ਉੱਥੇ ਸਿੰਘ ਸਾਹਿਬ ਵੱਲੋਂ ਅਰਦਾਸ ਕੀਤੀ ਗਈ। ਹੁਣ ਤੁਸੀਂ ਇਹ ਦੱਸੋ ਵੀ ਖਾਲਸਾ ਪੰਥ ਦੀ ਅਰਦਾਸ ਉੱਤੇ ਵੀ ਜਿਹੜੀ ਆ ਰੋਕ, ਅਸੀਂ ਇਹ ਗੱਲ ਅੰਗਰੇਜ਼ਾਂ ਨੇ ਕੀਤੀ, ਅੰਗਰੇਜ਼ਾਂ ਦੇ ਸਮੇਂ ਆਰੀਆ ਸਮਾਜ ਨੇ ਕੀਤੀ, ਉਹਨਾਂ ਨੇ ਰਲ ਮਿਲ ਕੇ ਸ਼ੁੱਧੀਕਰਨ ਦੇ ਨਾਂ ਦੇ ਉੱਤੇ
ਸਾਡੇ ਕੱਲੇ ਬੰਦਿਆਂ ਦੇ ਸਟੇਜ ਦੇ ਉੱਤੇ ਖੜ ਕੇ ਵਾਲ ਤੱਕ ਕੱਟੇ। ਮਤਲਬ ਇਹ ਇਹ ਉਸ ਪਾਸੇ ਨੂੰ ਅਸੀਂ ਜਾ ਰਹੇ ਹਾਂ। ਪੰਜਾਬ ਦੇ ਵਿੱਚ ਇੱਕ ਸਿੱਖ ਮੁੱਖ ਮੰਤਰੀ ਹੋਵੇ ਤਾਂ ਉਹ ਪੰਜਾਬ ਦੀ ਸਾਰੀ ਕੈਬਨਿਟ ਜਿਹੜੀ ਆ ਉਹ ਸਿੱਖ ਹੋਏ, ਅੰਮ੍ਰਿਤਧਾਰੀ ਸਿੰਘ ਹੋਣ ਵਿੱਚ। ਤੇ ਯਾਰ ਉਹ ਇੰਨਾ ਧੱਕਾ ਕਿ ਤੁਸੀਂ ਗੁਰਦੁਆਰਾ ਸਾਹਿਬ ਜਾਣ ਦੇ ਉੱਤੇ ਵੀ ਪਾਬੰਦੀ ਲਾ ਰਹੇ ਹੋ। ਕੁਛ ਤਾਂ ਤੁਹਾਨੂੰ ਕੁਛ ਤਾਂ ਸ਼ਰਮ ਚਾਹੀਦੀ ਆ ਕਿ ਜਿਹੜੀ ਸੰਗਤ ਆ ਉਹ ਗੁਰੂ ਘਰ ਜਾ ਕੇ ਅਰਦਾਸ ਵੀ ਨਹੀਂ ਕਰ ਸਕਦੀ। ਤੁਹਾਨੂੰ ਇੰਨਾ ਡਰ ਗਏ ਹੋ, ਤੁਸੀਂ ਇੰਨਾ ਜ਼ਿਆਦਾ ਡਰ ਲੱਗਣ ਲੱਗ ਗਿਆ ਤੁਹਾਨੂੰ ਵੀ ਕਿਤੇ ਸਾਡੀ ਕੁਰਸੀ ਨਾਲ। ਉਹ ਭਰਾਵੋ, ਤੁਹਾਡੀ ਕੁਰਸੀ ਨੂੰ ਅਸੀਂ ਕੁਛ ਨਹੀਂ ਕਹਿੰਦੇ ਹੈਗੇ, ਤੁਸੀਂ ਕੁਰਸੀ ਨਾਲ ਚਿੰਬੜੇ ਰਹੋ, ਇੱਥੇ ਗੂੰਦ ਲਾ ਲਓ ਚੰਗੀ ਤਰ੍ਹਾਂ, ਬਹਿ ਜਾਓ ਉੱਤੇ, ਆਪਣੇ ਆਪ ਨੂੰ ਬੰਨ ਲਓ, ਅਸੀਂ ਤੁਹਾਡੀ ਕੁਰਸੀ ਦਾ ਕੋਈ ਪਾਵਾ ਨਹੀਂ ਖਿੱਚਦੇ ਹੈਗੇ। ਅਸੀਂ ਆਪਣੇ ਗੁਰਧਾਮਾਂ 'ਚ ਚੱਲੇ ਹਾਂ, ਅਸੀਂ ਆਪਣੇ ਸਿੰਘਾਂ ਦੀ ਆਵਾਜ਼ ਬੁਲੰਦ ਕਰਨ ਲਈ। ਹੁਣ ਤੁਸੀਂ ਇਹ ਦੱਸੋ ਸਾਨੂੰ ਯਾਰ, ਤੁਸੀਂ ਮਾਰ ਹੀ ਕਿਉਂ ਨਹੀਂ ਦਿੰਦੇ? ਕਿੰਨੇ ਕੁ ਬੰਦੇ ਆ ਅਸੀਂ? ਜੇ ਤੁਹਾਨੂੰ ਇੰਜ ਲੱਗਦਾ ਵੀ ਮੁੱਠੀ ਭਰ 20 ਕੁ ਬੰਦੇ ਨੇ ਜਿਹੜੇ ਟੈਂਟਾ ਕਰਦੇ ਨਹੀਂ, ਸਿਆਪਾ ਮਕਾਓ ਪਰਾਂ, ਨਾਲੇ ਤੁਹਾਨੂੰ ਸਮਝ ਲੱਗ ਜੇ। ਪਰ ਇਹ ਗੱਲ ਇਵੇਂ ਹੋਣੀ ਨਹੀਂ ਹੈਗੀ, ਇਹ ਹੋਣੀ ਨਹੀਂ ਹੈਗੀ, ਕਿਉਂਕਿ ਸਾਨੂੰ ਤੁਸੀਂ ਮਾਰ ਨਹੀਂ ਸਕਦੇ, ਸਾਨੂੰ ਤੁਸੀਂ ਮਾਰ ਨਹੀਂ ਸਕਦੇ। ਉਹ ਮੈਂ ਦਾਅਵਾ ਕਰਨਾ, ਮੈਂ ਦੁਖਨਿਵਾਰ ਸਾਹਿਬ ਪਟਿਆਲੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਪਵਿੱਤਰ ਸਥਾਨ ਆ, ਉੱਥੇ ਖੜ ਕੇ ਗੱਲ ਕਹਿਣ ਡਿਆ ਕਿ ਮੇਰਾ ਦਾਅਵਾ ਆ ਤੁਸੀਂ ਸਾਨੂੰ ਨਹੀਂ ਮਾਰ ਸਕਦੇ। ਕਾਰਨ ਕਿ ਸਿੱਖ ਇੱਕ ਦੇਹ ਰੂਪੀ ਬੰਦੇ ਨਹੀਂ ਹੈਗੇ, ਖਾਲਸਾ ਇੱਕ ਸੋਚ ਹੈ, ਖਾਲਸਾ ਇੱਕ ਪਵਿੱਤਰ ਸੋਚ ਆ, ਖਾਲਸਾ ਜਿਹੜਾ ਆ ਉਹ ਪ੍ਰਗਟ ਹੋਇਆ ਆ, ਖਾਲਸੇ ਦੀ ਜਿਹੜੀ ਆ ਉਹ ਮੌਤ ਨਹੀਂ ਹੋ ਸਕਦੀ। ਖਾਲਸਾ ਜਿਹੜਾ ਆ ਉਹ ਨਾਦ ਚੋਂ, ਸ਼ਬਦ ਚੋਂ ਪੈਦਾ ਹੋਇਆ, ਹਥਿਆਰ ਚੋਂ ਪੈਦਾ ਹੋਇਆ, ਉਹ ਖੰਡੇ ਦੀ ਪੌੜ ਦੇ ਵਿੱਚੋਂ ਪੈਦਾ ਹੋਇਆ। ਤੁਸੀਂ ਸਾਨੂੰ ਸਰੀਰ ਰੂਪੀ ਮਾਰ ਸਕਦੇ ਹੋ, 1.5 ਲੱਖ ਬੰਦਾ ਤੁਸੀਂ ਪੰਜਾਬ ਦੇ ਵਿੱਚ ਖਪਾ ਤਾ, 25,000 ਤੋਂ ਉੱਤੇ ਕਰ ਲੈ ਗੱਡੀ ਵੀਰੇ ਵੇਖ ਲੈ, 25,000 ਲਵਾ ਤਾਂ ਇਧਰੋਂ ਗੱਡੀਆਂ ਨਿਕਲ ਗਈਆਂ, 25,000 ਲਵਾਰ ਸਲਾਸਾਂ ਦਾ ਕੇਸ। ਤੁਸੀਂ ਇੱਕ ਗੱਲ ਥੋੜਾ ਸਾਡੇ ਨਾਲ ਕੀਤੀ ਆ, ਅੱਜ ਉਸੇ ਲੜੀ ਦੇ ਵਿੱਚ ਹੱਦ ਇਹ ਹੋ ਗਈ ਆ ਕਿ ਭਾਈ ਅੰਮ੍ਰਿਤਪਾਲ ਸਿੰਘ ਦਾ ਤੁਸੀਂ ਜ਼ਿਕਰ ਤੱਕ ਨਹੀਂ ਕਰਨ ਦਿੰਦੇ। ਯਾਰ ਕਿਉਂ ਨਹੀਂ ਜ਼ਿਕਰ ਕਰਨ ਦਿੰਦੇ? ਕੀ ਉਹਨੇ ਪੰਜਾਬ ਦੇ ਵਿੱਚ ਕੋਈ ਕਤਲੇਆਮ ਕਰਤਾ? ਕੋਈ ਕਿਸੇ ਦੇ ਬੱਚੇ ਮਾਰ ਦਿੱਤੇ ਨੇ, ਕਿਸੇ ਦੀਆਂ ਕੋਈ ਬੀਬੀਆਂ ਮਾਰ ਦਿੱਤੀਆਂ ਨੇ, ਕੋਈ ਸਰਕਾਰ ਦਾ ਕੋਈ ਖਜ਼ਾਨਾ ਲੁੱਟ ਲਿਆ ਆ, ਕੋਈ ਉਹਨਾਂ ਨੇ ਘਰ ਢਾਹਤੇ ਆ ਕਿਸੇ ਦੇ? ਕੋਈ ਗੱਲ ਤਾਂ ਦੱਸੋ ਯਾਰ, ਇੰਨੀ ਗੱਲ ਹੀ ਕਹਿਣੀ ਵੀ ਅਸੀਂ ਭਾਰਤੀ ਸਿਸਟਮ ਦੇ ਵਿੱਚ ਗੁਲਾਮ, ਇੰਨੀ ਗੱਲ ਕਰਕੇ ਤੁਸੀਂ ਤੁਹਾਨੂੰ ਮਤਲਬ ਤੁਹਾਡੀਆਂ ਚੂਲਾਂ ਹਿਲੀਆਂ ਪਈਆਂ? ਠੀਕ ਹੈ ਸੈਂਟਰ ਸਾਡੇ ਨਾਲ ਦੁੱਖ ਕਰਦਾ ਆ, ਦਿੱਲੀ ਦਾ ਤਖ਼ਤ ਸਾਨੂੰ ਮਾਰਨਾ ਚਾਹੁੰਦਾ, ਪਰ ਤੁਹਾਨੂੰ ਅਸੀਂ ਕੀ ਕਹਿੰਦੇ ਹਾਂ? ਜਿਹੜੇ ਜਿਹੜਾ ਅਕਾਲੀ ਦਲ ਸਹਿਣ ਕਰਾ ਰਿਹਾ ਆ, ਜਿਹੜਾ ਅਕਾਲੀ ਦਲ ਬੰਦੀ ਸਿੰਘਾਂ ਦੀ ਰਿਹਾਈ ਤੇ ਸਹਿਣ ਕਰਾਇਆ, ਕੀ ਉਹਦਾ ਕੇਡਰ ਨਹੀਂ ਹੈ? ਜੋ ਉਹਨਾਂ ਨੂੰ ਆਵਾਜ਼ ਨਹੀਂ ਆਉਂਦੀ ਹੈਗੀ ਵੀ ਜਿਹੜੇ ਖਾਲਸਾ ਪੰਥ ਜਿਹੜਾ ਆ ਉਹ ਕੋਈ ਆਵਾਜ਼ ਦਿੰਦਾ ਜਾਂ ਕਿਸੇ ਦਾ ਪਰਿਵਾਰ ਆਵਾਜ਼ ਦਿੰਦਾ, ਤੁਸੀਂ ਉੱਥੇ ਆਪਣੇ ਬੰਦੇ ਨਹੀਂ ਭੇਜ ਸਕਦੇ? ਤੁਸੀਂ ਅੱਜ ਸੜਕਾਂ ਤੇ ਨਹੀਂ ਆ ਸਕਦੇ? ਕਿੱਥੇ ਗਏ ਨੇ ਮੱਝ ਦੇ ਜਰਨੈਲ? ਕਿੱਥੇ ਗਏ ਨੇ ਉਹ ਵੱਡੇ ਵੱਡੀਆਂ ਹੁੱਕਾਂ ਮਾਰਨ ਵਾਲੇ ਜਿਹੜੇ ਰੋਜ਼? ਮੇਰੇ ਕੋਲ ਇੱਕ ਵੀਡੀਓ ਹੈ, ਮੈਂ ਉਹ ਮਰ ਜਾਓ ਸ਼ਰਮ ਨਾਲ ਨੱਕੜੋ ਕੇ, ਤੁਹਾਡੇ ਕੋਲ ਇਹੀ ਕੁਛ ਰਹਿ ਗਿਆ? ਪੰਜਾਬ ਦੇ ਮੁੱਦੇ ਮੁੱਕ ਗਏ ਨੇ, ਪੰਜਾਬ ਤਾਂ ਖਤਮ ਹੋ ਰਿਹਾ। ਪਰਸੋਂ ਦੋਵੇਂ ਸੱਕੇ ਭਰਾ ਜਿਹੜੇ ਨੇ ਉਹ ਨਸ਼ਾ ਖਾ ਕੇ ਓਵਰਡੋਜ਼ ਨਾਲ ਦੋਵੇਂ ਮਰ ਗਏ ਨੇ, ਪੰਜਾਬ ਤਾਂ ਗਰਕ ਹੋ ਰਿਹਾ। ਤੁਸੀਂ ਲੋਕਾਂ ਦੀ, ਤੁਹਾਡਾ ਇਹੀ ਕੰਮ ਹੈ, ਤੁਸੀਂ ਇੱਕ ਫੋਰਸ ਬਣਾਈ ਹੈ ਵੀ ਫਲਾਣੇ ਦੀ ਬਲਿਊ ਵੀਡੀਓ ਜਿਹੜੀ ਆ ਉਹ ਕੱਢ ਕੇ ਲਿਆਓ, ਫਿਰ ਆਪਾਂ ਜਿਹੜੀ ਆ ਨਸ਼ਰ ਕਰਾਂਗੇ। ਡੁੱਬ ਕੇ ਮਰ ਜਾਓ ਯਾਰ, ਇਹ ਕਿਸੇ ਦੀ ਆਪਣੀ ਜ਼ਿੰਦਗੀ ਆ, ਜੇ ਕੋਈ ਅਖਲਾਕ ਤੋਂ ਗਿਰਦਾ ਆ ਤੇ ਉਹਨੂੰ ਆਪੇ ਪਰਮਾਤਮਾ ਵੇਖ, ਤੁਹਾਡਾ ਥੋੜਾ ਫਰਜ਼ ਆ। ਤੁਸੀਂ ਪੰਜਾਬ ਦੇ ਮੁੱਦਿਆਂ ਤੇ ਗੱਲ ਕਰੋ ਯਾਰ, ਕੀ ਪੰਜਾਬ ਦੇ ਮੁੱਦੇ ਸਾਰੇ ਹੱਲ ਹੋ ਗਏ ਨੇ? ਹੁਣ ਤੁਸੀਂ ਕਿਸੇ ਦੇ ਕਰੈਕਟਰ ਦੇ ਵੱਲ ਤੁਰ ਪਏ ਹੋ, ਤੁਹਾਨੂੰ ਤੁਹਾਡੇ ਮੁੱਢ ਦੇ ਵਿੱਚ, ਤੁਹਾਡੇ ਇਲਾਕੇ ਦੇ ਵਿੱਚ ਸੰਗਤ ਨੂੰ ਪੁਲਿਸ ਡੱਕ ਕੇ ਖੜੀ ਹੈ ਤੇ ਤੁਹਾਡੀ ਆਹ ਨਹੀਂ ਨਿਕਲੀ, ਕੱਲ ਨੂੰ ਕਿਵੇਂ ਤੁਸੀਂ ਵੋਟਾਂ ਲਾ, ਕਿਵੇਂ ਤੁਸੀਂ ਕਹੋਗੇ ਅਸੀਂ ਅਕਾਲੀਆਂ, ਕਿਵੇਂ ਤੂੰ ਤੁਹਾਨੂੰ ਆਹ ਦਾ ਨਾਰਾ ਕੋਈ ਮਾਰੂਗਾ? ਕਿਵੇਂ ਤੁਸੀਂ ਕਹੋਗੇ ਵੀ ਅਸੀਂ ਤੁਹਾਡੇ ਜਿਹੜਾ ਤੁਹਾਡਾ ਪੱਖ ਪੂਰਨੇ? ਮਤਲਬ ਹੀ ਨਹੀਂ ਕੋਈ, ਮਰ ਜਾਓ ਘਰਾਂ ਚ ਡੋ, ਕਿੰਨੇ ਕੁ ਬੰਦਿਆਂ ਨੂੰ ਫੜ ਕੇ ਜੇਲ੍ਹਾਂ ਚ ਤੁਰ ਦੇਣਗੇ ਯਾਰ, ਹੱਦ ਹੋ ਗਈ ਆ। ਕੱਲ ਨੂੰ ਜਾਣਾ ਤਖ਼ਤ ਸਾਹਿਬ ਦੇ ਉੱਤੇ, ਅਸੀਂ ਲੁੱਕ ਛਿਪ ਕੇ ਨਹੀਂ ਕਹਿੰਦੇ ਹੈਗੇ ਵੀ ਚੋਰੀ ਜਾਣਾ ਹੈ, ਅਸੀਂ ਅਰਦਾਸ ਕਰਨਾ ਜਾਣਾ। ਜੇ ਤੁਸੀਂ ਅਰਦਾਸ ਕਰਨ ਤੋਂ ਵੀ ਸਾਨੂੰ ਰੋਕਦੇ ਹੋ, ਸਾਨੂੰ ਡੱਕਦੇ ਹੋ, ਤੇ ਇਦੋਂ ਘਟੀਆ ਦੁਨੀਆਂ ਦੀ ਕੋਈ ਗੱਲ ਹੈ ਨਹੀਂ। ਮੈਂ ਭਗਵੰਤ ਮਾਨ ਸਿੰਘ ਤੁਹਾਨੂੰ ਸਿੱਧੀ ਅਪੀਲ ਕਰਦਾ, ਕਿ ਭਾਈ ਉੱਥੇ ਲਾ ਗੱਡੀ, ਤਾਂ ਰਾਹ ਇੱਧਰ ਲਾ ਲੈ। ਮੈਂ ਤੁਹਾਨੂੰ ਇਹ ਅਪੀਲ ਕਰਦਾ ਕਿ ਤੁਹਾਡੇ ਕੋਲ ਇੱਕ ਰਾਹ ਆ, ਤੁਸੀਂ ਫਿਰ ਇਹਦਾ ਮਤਲਬ ਇਹ ਆ ਵੀ ਤੁਸੀਂ ਡਰ ਰਹੇ, ਫਿਰ ਤੁਸੀਂ ਕਹਿੰਦੇ ਹੋ ਵੀ ਇਹਨਾਂ ਦੇ ਪੱਲੇ ਕੁਛ ਨਹੀਂ ਹੈਗਾ, ਇਹ ਤਾਂ ਕੱਲੀਆਂ ਗੱਲਾਂ ਹੀ ਕਰਦੇ। ਓਏ, ਅਸੀਂ ਇਹ ਗੱਲਾਂ ਹੀ ਕਰਨੇ ਆ, ਸਾਰੀਆਂ ਗੱਲਾਂ ਠੀਕ ਨੇ, ਤੁਹਾਡੀਆਂ ਗੱਲਾਂ ਮੰਨ ਲਈਆਂ, ਸਾਡੇ ਪੱਲੇ ਕੁਝ ਨਹੀਂ ਹੈਗਾ, ਅਸੀਂ ਨਾਰੇ ਜਕਾਰੇ ਵਾਲੇ ਆ, ਸਾਡੇ ਕੁਛ ਪੱਲੇ ਨਹੀਂ ਹੈਗਾ, ਫਿਰ ਕਿਉਂ ਮਰ ਚੱਲੇ ਹੋ ਡਰ ਡਰ ਕੇ? ਕਿਉਂ ਤੁਹਾਡਾ ਬੇੜਾ ਗਰਕ ਹੋਣ ਤੇ ਆਇਆ ਆ? ਜਾਣ ਦੋ ਸੰਗਤ ਨੂੰ,
फिर ए नहीं कुछ होना। ये तुहानू मैं दसा जिस तरह तुसी संगत नू रोक रहे हो एदा रिजल्ट पुट्ठा आना है। जे तुसी चुप चपीते संगत नू जान देंदे अरदास करदे ते ए सुरखी नहीं सी बननी। तुसी इवेंट खुद बनाया, तुसी खुद इस गल नू हाईलाइट कर रहे हो, तुसी रौला खुद पवाया आ। ਇਹ ਤੁਹਾਡੇ ਅੰਗੇਸਟ ਹੀ ਜਾਣੀ ਹੈ ਗੱਲ, ਤੁਹਾਡੇ ਹੱਕ ਚ ਨਹੀਂ ਜਾਂਦੀ। ਤੁਹਾਨੂੰ ਦੱਸਦਾ ਮੈਂ, ਸੋ ਜਿਨ੍ਹਾਂ ਨੇ ਜਾਣਾ ਆ ਉਹ ਪਹੁੰਚ ਗਏ ਆ, ਜਿਨ੍ਹਾਂ ਨੇ ਜਾਣਾ ਉਹ ਪਹੁੰਚ ਗਏ। ਡੱਕ ਲੋ ਜਿਹਨੂੰ ਡੱਕਣਾ ਵੀਰੇ, ਐ ਨਹੀਂ ਤਖ਼ਤ ਸਾਹਿਬ ਤੇ ਜਾਣ ਤੋਂ ਨਹੀਂ ਤੁਸੀਂ ਸਾਨੂੰ ਰੋਕ ਸਕਦੇ। ਜੇ ਰੋਕੋਗੇ ਤੇ ਤੁਹਾਡਾ ਬਹੁਤ ਬੁਰਾ ਜਿਹੜਾ ਹਸ਼ਰ ਹੋਊਗਾ, ਬਹੁਤ ਬੁਰਾ ਹਸ਼ਰ ਹੋਊ ਤੁਹਾਡਾ। ਤੁਹਾਨੂੰ ਦੱਸਦਾ ਮੈਂ, ਫਲਾਣਾ ਮੈਂ ਮਾਝੇ ਦਾ ਜਰਨਲ, ਫਲਾਣਾ ਮੈਂ ਅਕਾਲੀ, ਫਲਾਣਾ ਮੈਂ ਜਥੇਦਾਰ, ਮਰ ਜਾਓ ਤੁਸੀਂ ਯਾਰ। ਤੁਸੀਂ ਇਹ ਗੱਲ ਕਿਉਂ ਨਹੀਂ ਆ ਕੇ ਕਹਿ ਸਕਦੇ ਵੀ ਭਾਈ ਇਹ ਗੱਲ ਗਲਤ ਆ, ਕੁਛ ਤਾਂ ਬੋਲੋ। ਕੀ ਹੁਣ ਸੋਸ਼ਲ ਨੈਟਵਰਕ ਨਹੀਂ ਹੈਗਾ? ਦੂਜੇ ਦਿਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਆਹ ਗੱਲ ਕਿਉਂ ਕਹੀ? ਤੁਸੀਂ ਯਾਰ ਮਤਲਬ ਛੋਟੀਆਂ ਛੋਟੀਆਂ ਗੱਲਾਂ ਦੇ ਉੱਤੇ ਲਾਈਵ ਹੋ ਜਾਂਦੇ ਹੋ, ਵੱਡੇ ਵੱਡੇ ਤੁਸੀਂ ਸਟੇਟਮੈਂਟਾਂ ਦਿੰਦੇ ਹੋ। ਤੁਹਾਡੇ ਸਾਹਮਣੇ ਨਾਲ ਜੱਲੂਪੁਰ ਖੇੜਾ ਪਿੰਡ ਸੰਗਤ ਨੂੰ ਹਰਾਸ ਕਰ ਰਹੀ ਹੈ ਪੁਲਿਸ, ਤੁਸੀਂ ਮਰੀ ਗਏ ਹੋ। ਕੋਈ ਤਾਂ ਗੱਲ ਕਰੋ ਯਾਰ, ਪੁਲਿਸ ਸਾਡੇ ਘਰਾਂ ਚ ਗੇੜੇ ਮਾਰ ਰਹੀ ਹੈ। ਮੈਂ ਕਦੀ ਵੀ ਇਹ ਗੱਲ ਜ਼ਾਹਰ ਤੌਰ ਤੇ ਕਹੀ ਨਹੀਂ ਹੈਗੀ ਵੀ ਮੈਨੂੰ ਕੋਈ ਪਰੇਸ਼ਾਨ ਕਰਦਾ। ਮੈਂ ਕਹਿੰਦਾ ਵੀ ਇਹ ਸਾਡੀ ਹੋਣੀ ਆ, ਅਸੀਂ ਉਲੀਕੀ ਆਪ, ਸਾਨੂੰ ਕੋਈ ਪਰਵਾਹ ਨਹੀਂ। ਠੀਕ ਆ, ਕੱਲ ਨੂੰ ਕੀ ਕਰਨਾ ਹੈ? ਕੱਲ ਨੂੰ ਕਿੱਥੇ ਜਾ ਰਹੇ ਹੋ? ਕੱਲ ਨੂੰ ਕਿਹੜਾ ਕੰਮ ਕਰ ਰਹੇ ਹੋ? ਉਹ ਅਰਦਾਸ ਕਰਨ ਜਾ ਰਹੇ ਹਾਂ ਬੰਦੀ ਸਿੰਘਾਂ ਦੀ ਯਾਰ, ਅਸੀਂ ਉਹਦੇ ਗੋਲੇ ਬਣਾਉਣ ਜਾ ਰਹੇ ਹਾਂ? ਦੱਸੋ, ਸ਼ਰੇਆਮ ਚਿੱਟੇ ਦਿਨ ਕਹਿ ਰਹੇ ਹਾਂ, ਪਹਿਲਾਂ 10 ਦਿਨ ਦੱਸਿਆ ਆ, ਤੁਸੀਂ ਹੱਦ ਹੋ ਗਈ ਹੈ। ਤੁਸੀਂ ਫਿਰ ਜਾ ਕੇ ਪਰਿਵਾਰ ਨੂੰ ਨਜ਼ਰਬੰਦ ਕਰ ਦੋ, ਉਹਨਾਂ ਨੂੰ ਕਹੋ ਵੀ ਭਾਈ ਤੁਸੀਂ ਆਪਣੇ ਮੁੰਡੇ ਦੀ ਗੱਲ ਨਹੀਂ ਕਰ ਸਕਦੇ। ਪਰਿਵਾਰਾਂ ਨੂੰ ਨਜ਼ਰਬੰਦ ਕਰ ਦੋ, ਉਹਨਾਂ ਨੂੰ ਡਿਬਰੂਗੜ੍ਹ ਕੀਤਾ, ਇਹਨਾਂ ਨੂੰ ਇੱਥੇ ਕਰ ਦੋ। ਡੁੱਬੇ ਤਾਂ ਤਾਂ ਹੀ ਆ ਅਮਰੀਕ ਸਿੰਘ, ਡੁੱਬੇ ਤਾਂ ਹੀ ਆ ਵੀ ਆਪਣੇ ਗਦਾਰ ਨੇ, ਹੋਰ ਕਿਉਂ ਮਰੇ ਆ? ਸੋ ਭਾਈ ਮੇਰੀ ਅਪੀਲ ਆ, ਅਨੰਦਪੁਰ ਸਾਹਿਬ ਦੇ ਏਰੀਏ ਚੋਂ ਭਾਵੇਂ ਤੁਰ ਕੇ ਪਹੁੰਚੋ ਯਾਰ, ਅਰਦਾਸ ਜ਼ਰੂਰ ਪਹੁੰਚੋ। ਸਾਡੇ ਤੋਂ ਨਾ ਆਇਆ ਗਿਆ, ਸਾਨੂੰ ਇਹਨਾਂ ਨੇ ਡੱਕ ਲਿਆ ਕਿਸੇ ਤਰੀਕੇ ਨਾਲ, ਕੋਈ ਵੀ ਗੱਲ। ਅਸੀਂ ਕੋਸ਼ਿਸ਼ ਮਤਲਬ ਇਹ ਨਹੀਂ ਹੈ ਕਿ ਵੀ ਅਸੀਂ ਕੋਈ ਡਰ ਕਿਸੇ ਗੱਲ ਨੂੰ, ਪਰ ਫਿਰ ਵੀ ਜੇ ਕੋਈ ਇਦਾਂ ਦੀ ਗੱਲ ਹੁੰਦੀ ਹੈ, ਤੁਸੀਂ ਤਖ਼ਤ ਸਾਹਿਬ ਤੇ ਜ਼ਰੂਰ ਪਹੁੰਚਣਾ, ਅਰਦਾਸ ਸ਼ਾਮਲ ਹੋਣਾ, ਮਾਤਾ ਦੇ ਨਾਲ ਗੱਡ ਕੇ ਖੜਨਾ। ਕੱਲ ਨੂੰ ਆਪਾਂ ਤਖ਼ਤ ਸਾਹਿਬ ਤੋਂ ਇੱਕ ਐਲਾਨ ਵੀ ਕਰਾਂਗੇ, ਡੱਕਲਾਂ ਨੇ ਕੀ ਡੱਕਣਾ ਸਟੇਟ ਨੇ। ਸੋ ਆਪਾਂ ਜਿਹੜੀ ਪੁਲਿਸ ਹੈ ਨਾ, ਮੈਂ ਇਹ ਨਹੀਂ ਕਹਿੰਦਾ ਵੀ ਮੇਰੀ ਕੋਈ ਕਿਸੇ ਨਾਲ ਹਮਦਰਦੀ ਹੈ, ਪਰ ਮੈਂ ਕਹਿੰਦਾ ਵੀ ਆਪਾਂ ਨੂੰ ਇਹ ਪੁਲਿਸ ਨਹੀਂ ਕਰ ਰਹੀ, ਆਪਾਂ ਨੂੰ ਇਹ ਭਗਵੰਤ ਮਾਨ ਕਰ ਰਿਹਾ, ਤੁਸੀਂ ਗੱਲ ਸਮਝੋ। ਸਟੇਟ ਕਰ ਰਹੀ ਆ, ਸਟੇਟ ਪੁਲਿਸ ਜਿਹੜੀ ਆ ਉਹ ਸਟੇਟ ਦੇ ਥੱਲੇ ਆਉਂਦੀ ਆ। ਸੋ ਇੰਨੀਆਂ ਮੇਰੀਆਂ ਬੇਨਤੀਆਂ ਨੇ, ਮਾਛੀਵਾੜਾ, ਚਮਕੌਰ ਸਾਹਿਬ, ਅਨੰਦਪੁਰ ਸਾਹਿਬ, ਰੋਪੜ, ਨੇੜੇ ਨੇੜੇ ਜਿੰਨੇ ਹੈਗੇ ਨੇ ਪਿੰਡ ਨੇ ਜਿਹੜੇ ਸਾਰੇ, ਮੈਂ ਆਪਣੇ ਸਾਰੇ ਭਰਾਵਾਂ ਨੂੰ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦਾ, ਜਿਸ ਮਰਜ਼ੀ ਤਰੀਕੇ ਨਾਲ ਅਨੰਦਪੁਰ ਸਾਹਿਬ ਪਹੁੰਚਣਾ ਆਪਾਂ ਅਰਦਾਸ ਸ਼ਾਮਲ ਹੋਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।